ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਪਿੰਡ ਜੱਬੋਵਾਲ ਦੀ ਜੋ ਓਪਨ ਦੀ ਟੀਮ ਹੈ, ਜੋ ਦੁਆਬਾ ਲੀਗ ਵਿੱਚ ਵੱਖ ਵੱਖ ਪਿੰਡਾਂ ਵਿੱਚ ਖੇਡਣੀ ਜਾਂਦੀ ਹੈ, ਉਹਨਾਂ ਉਸ ਟੀਮ ਦੀ ਨਵੀਂ ਜੋ ਵਰਦੀ ਹੈ, ਕਿੱਟ ਜਿਹੜੀ ਆ ਉਹ ਰਿਲੀਜ਼ ਕੀਤੀ ਗਈ ਆ, ਜਿਸ ਦੇ ਵਿੱਚ ਫਰੰਟ 'ਤੇ ਸ਼ਹੀਦ ਬਾਬਾ ਦੀਪ ਸਿੰਘ ਦਾ ਨਾਂ ਅਤੇ ਜੱਬੋਵਾਲ ਦਾ ਨਾਂ ਅਤੇ ਬੈਕ ਸਾਈਡ 'ਤੇ ਪਿੰਡ ਜੱਬੋਵਾਲ ਦਾ ਨਾਂ ਆ। ਅਤੇ ਤੁਸੀਂ ਜੱਬੋਵਾਲ ਦੇ ਸਾਰੇ ਜਿਹੜੇ ਓਪਨ ਦੇ ਪਲੇਅਰ ਆ ਉਹ ਆ, ਨਾਲ ਜੋ ਟੂਰਨਾਮੈਂਟ ਕਮੇਟੀ ਆ ਹਰ ਸਮੇਂ ਪਲੇਅਰਾਂ ਦਾ ਸਾਥ ਦਿੰਦੀ, ਉਹ ਸਾਰੇ ਮੋਹਤਵਾਰ ਬੰਦੇ ਸੱਜਣ ਇਕੱਠੇ ਹੋਏ ਆ, ਸਾਰਿਆਂ ਨੇ ਆਪਣੇ ਕਰ ਕਮਲਾਂ ਨਾਲ ਇਹ ਵਰਦੀ ਰਿਲੀਜ਼ ਕੀਤੀ ਆ। ਅਤੇ ਮੇਰੇ ਵੱਲੋਂ ਪੂਰੀ ਟੀਮ ਨੂੰ ਅਤੇ ਪੂਰੀ ਪ੍ਰਬੰਧਕ ਕਮੇਟੀ ਨੂੰ ਬੈਸਟ ਵਿਸ਼ਸ ਅਤੇ ਬਹੁਤ ਬਹੁਤ ਵਧਾਈਆਂ, ਤਾਂ ਕਿ ਟੀਮ ਜਿਹੜੀ ਆ ਉਹ ਵੱਧ ਤੋਂ ਵੱਧ ਉੱਚੀਆਂ ਬੁਲੰਦੀਆਂ ਤੱਕ ਜਾਵੇ। ਲੰਗੜੇ ਸਾਹਿਬ, ਪਿੰਡ ਜੱਬੋਵਾਲ ਦੀ ਗੱਲ ਕਰੀਏ, ਪਿੰਡ ਜੱਬੋਵਾਲ ਨੇ ਪਹਿਲੇ ਦਿਨ ਤੋਂ ਕਬੱਡੀ ਦੇ ਉੱਪਰ ਬਹੁਤ ਵੱਡੀ ਧੱਕ ਪਾ ਕੇ ਦਿਖਾਈ। ਹਾਂਜੀ, ਬੱਚਿਆਂ ਨੂੰ ਉੱਪਰ ਲੈ ਕੇ ਜਾਣ ਦੇ ਲਈ, ਨਾਲ ਨਾਲ ਇਹਦੇ ਪਿੰਡ ਨੂੰ ਉੱਪਰ ਲੈ ਕੇ ਜਾਣ ਦੇ ਲਈ, ਉਹਦੇ ਨਾਲ ਨਾਲ ਪੰਜਾਬ ਨੂੰ ਉੱਪਰ ਲੈ ਕੇ ਜਾਣ ਦੇ ਲਈ, ਜੇ ਗੱਲ ਕਰੀਏ ਪੂਰੇ ਭਾਰਤ ਦੀ, ਉਹਨੂੰ ਉੱਪਰ ਲੈ ਕੇ ਜਾਣ ਦੇ ਲਈ ਜੱਬੋਵਾਲ ਨੇ ਪਹਿਲੇ ਦਿਨ ਤੋਂ ਬਹੁਤ ਵੱਡਾ ਹਮਲਾ ਮਾਰਿਆ। ਹਾਂਜੀ, ਅੱਜ ਦੇਖਿਆ ਕਿ ਬੱਚਿਆਂ ਦੇ ਕੋਲ ਬਹੁਤ ਹੀ ਸੁੰਦਰ ਸੁੰਦਰ ਜਿਹੜੀਆਂ ਵਰਦੀਆਂ ਹੈਗੀਆਂ, ਕੀ ਕਹਿਣਾ ਚਾਹੁੰਦੇ ਬਾਰੇ? ਇਹ ਬਹੁਤ ਵਧੀਆ ਪ੍ਰੋਗਰਾਮ ਕੀਤਾ ਸਰਪੰਚ ਸਾਹਿਬ ਨੇ, ਜਿਹੜਾ ਇਹ ਵਰਦੀਆਂ ਲੈ ਦਿੱਤੀਆਂ ਔਰ ਗੇਮ ਟੀਮ ਨੂੰ ਮੂਹਰੇ ਕੀਤਾ, ਅੱਗੇ ਵਧਾਇਆ। ਮੈਂ ਅਸੀਂ ਤਾਂ ਬਹੁਤ ਖੁਸ਼ ਹਾਂ, ਪਿੰਡ ਨਗਰਾ ਸਾਰੇ, ਬਾਕੀ ਇਹਨਾਂ ਦੇ ਹਿੱਸ ਪੰਚਾਇਤ ਜਿਹੜੀ ਸਾਡੀ ਕਮੇਟੀ, ਇਹਨਾਂ ਸਾਥ ਦੇਵਾਂਗੇ ਅਸੀਂ। ਹਾਂਜੀ, ਨਗਰਾ ਸਾਹਿਬ, ਮਨ ਖੁਸ਼ ਹੁੰਦਾ, ਉਮਰ ਦੀ ਲਿਆਕਤ ਹੈ, ਸਿਆਣੇ ਆ, ਜ਼ਿੰਦਗੀ ਦਾ ਤਜਰਬਾ, ਜਦੋਂ ਪਿੰਡ ਦੇ ਨੌਜਵਾਨ ਪਿੰਡ ਦੇ ਵਿੱਚ ਖੇਡਾਂ ਪਾਉਂਦੇ ਆ, ਕਿੰਨੀ ਕੁ ਖੁਸ਼ੀ ਮਹਿਸੂਸ ਹੁੰਦੀ ਹੈ? ਖੁਸ਼ੀ ਬਹੁਤ ਹੁੰਦੀ ਹੈ ਜੀ, ਜਦੋਂ ਅਸੀਂ ਕਈ ਵਾਰੀ ਦੇਖਿਆ ਜਿੱਦਾਂ ਛਿੰਝਾਂ ਹੁੰਦੀਆਂ ਸਨ, ਜਾਂ ਹੋਰ ਮੈਚ ਹੁੰਦੇ ਆ, ਜੇ ਸਾਡਾ ਪਿੰਡ ਇਕੱਠਾ ਹੋ ਜਾ, ਸਾਡਾ ਨਗਰ ਤਾਂ ਆਦੋ ਇਲਾਕੇ 'ਚ ਵਧੀਆ ਹੋਵੇ, ਪਰ ਸਾਡੇ ਦੋ ਹੋ ਜਾਂਦੇ ਆ, ਪਾਰਟੀਆਂ ਬਣਾ ਲੈਂਦੇ ਹਾਂ। ਇਹ ਜਿਹੜੀ ਛਿੰਝ ਵੀ ਹੈ, ਇੱਕੋ ਥਾਂ ਹੋਣੀ ਚਾਹੀਦੀ ਆ, ਇਹ ਨਗਰ ਦੀ ਸੁੱਖ ਆ, ਮਾਲ ਪਹੁ ਦੀ ਸੁੱਖ ਆ, ਇਹ ਅਸੀਂ ਸੋਚਦੇ ਨਹੀਂ ਹੈ। ਇੱਦਾਂ ਨਹੀਂ ਹੋਣਾ ਚਾਹੀਦਾ, ਪਿੰਡ ਨੂੰ ਇਕੱਠਾ ਕਰੋ, ਪਾਰਟੀ ਕੋਈ ਜੇ ਜਾਏ, ਕਾਂਗਰਸ ਜੇ ਜਾਏ, BJP ਆ ਜਾਏ, ਪਿੰਡ ਲਈ ਪੈਸੇ ਲਿਆਓ, ਪਿੰਡ 'ਚ ਨਾ ਪਾਰਟੀ ਬਣਾਓ। ਨੌਜਵਾਨਾਂ ਨੂੰ ਕੀ ਆਸ਼ੀਰਵਾਦ ਦੇਣਾ ਚਾਹੁੰਦੇ ਆ? ਮੈਂ ਤਾਂ ਇਹ ਕਹਿੰਦਾ ਜੀ, ਇਹਨਾਂ ਦਾ ਬਹੁਤ ਧੰਨਵਾਦ ਆ ਸਰਪੰਚ ਹੋਣਾਂ ਦਾ, ਜਿਨ੍ਹਾਂ ਨੇ ਇਹ ਟੀਮ ਨੂੰ ਸਹਾਰਾ ਬਣਾਇਆ, ਔਰ ਉਹਨਾਂ ਨਾਲ ਮਿਲ ਕੇ, ਉਹਨਾਂ ਅਫਸਰਾਂ ਨਾਲ, ਮੁੰਡਿਆਂ ਨਾਲ, ਜਿਹੜੇ ਸਰਦਾਰ ਆ, ਉਹਨਾਂ ਨਾਲ ਮਿਲ ਕੇ ਕੰਮ ਕਰਾਇਆ, ਬਹੁਤ ਉਤਸ਼ਾਹ ਵਾਲੀ ਗੱਲ ਹੈ, ਬਹੁਤ ਹੀ ਵਧੀਆ ਗੱਲ ਆ, ਧੰਨਵਾਦ ਇਹਨਾਂ ਦਾ ਜਿਹਨੇ ਇਹ ਕੰਮ ਕੀਤਾ। ਸਰਪੰਚ ਸਾਹਿਬ, ਪਿੰਡ ਜੱਬੋਵਾਲ ਦੇ ਵਿੱਚ ਕਬੱਡੀ ਨੇ ਪਹਿਲੇ ਦਿਨ ਤੋਂ ਬਹੁਤ ਵੱਡਾ ਨਾਮ ਰੋਸ਼ਨ ਕੀਤਾ। ਹਾਂਜੀ ਬੀਬਾ ਜੀ, ਕਿਸ ਤਰ੍ਹਾਂ ਲੱਗਦਾ ਜੇ ਗੱਲ ਕਰੀ ਜਾਵੇ ਪਿੰਡ ਜੱਬੋਵਾਲ ਦੀ, ਨੌਜਵਾਨਾਂ ਨੂੰ ਉੱਪਰ ਲੈ ਕੇ ਜਾਣ ਦੇ ਲਈ ਪੰਚਾਇਤ ਕਿਹੜੇ ਨਵੇਂ ਉਪਰਾਲੇ ਕਰੇਗੀ? ਹਾਂਜੀ, ਸਾਨੂੰ ਬਹੁਤ ਖੁਸ਼ੀ ਹੁੰਦੀ ਆ ਜਦੋਂ ਸਾਡੇ ਪਿੰਡ ਦੇ ਬੱਚੇ ਖੇਡਦੇ ਆ, ਵੱਡੇ ਵੀ ਛੋਟੇ ਵੀ ਖੇਡਦੇ ਆ, ਅਤੇ ਅੱਜ ਜਿਸ ਤਰ੍ਹਾਂ ਕਿ ਨਵੀਆਂ ਇਹਨਾਂ ਦੀਆਂ ਕਿੱਟਾਂ ਲਾਂਚ ਹੋਈਆਂ ਜੱਬੋਵਾਲ ਦੇ ਨਾਮ ਸਪੋਰਟਸ ਕਲੱਬ ਦੇ ਨਾਮ 'ਤੇ, ਅਤੇ ਮੈਨੂੰ ਬਹੁਤ ਖੁਸ਼ੀ ਹੁੰਦੀ ਆ। ਸਾਨੂੰ, ਅਸੀਂ ਇਹਨਾਂ ਦਾ ਹਮੇਸ਼ਾ ਸਦਾ ਹੀ ਇਹਨਾਂ ਦਾ ਸਾਥ ਦਿੰਦੇ ਰਹਾਂਗੇ, ਜੋ ਵੀ ਇਹਨਾਂ ਨੂੰ ਲੱਗੂਗਾ ਕਿ ਸਾਨੂੰ ਕਿਸੇ ਪਾਸੇ ਉਹ ਕਮੀ ਹੈਗੀ, ਅਸੀਂ ਉਹ ਇਹਨਾਂ ਦੀ ਪੂਰੀ ਤਰ੍ਹਾਂ ਇਹਨਾਂ ਦਾ ਸਹਿਯੋਗ ਦੇਵਾਂਗੇ, ਅਤੇ ਇਹ ਵਧੀਆ ਕੰਮ ਕਰਨ, ਖੇਡਾਂ ਦੇ ਵਿੱਚ ਅੱਗੇ ਜਾਣ, ਦਿਨ ਦੁੱਗਣੀ ਅਤੇ ਰਾਤ ਚੌਗਣੀ ਤਰੱਕੀ ਕਰਨ, ਅਤੇ ਸਾਡਾ ਆਸ਼ੀਰਵਾਦ ਇਹਨਾਂ ਦੇ ਨਾਲ ਹੈ। ਸਰਪੰਚ ਸਾਹਿਬ, ਕਈ ਵਾਰੀ ਨੌਜਵਾਨਾਂ ਨੂੰ ਪੈਸੇ ਧੇਲੇ ਦੀ ਲੋੜ ਪੈਂਦੀ ਆ, ਗੱਡੀਆਂ ਦੀ ਲੋੜ ਪੈਂਦੀ ਆ। ਹਾਂਜੀ, ਨਗਰ ਦੇ ਵੱਲੋਂ ਇਸ ਕਮੇਟੀ ਦੇ ਵੱਲੋਂ ਵੀ ਵੱਡੇ ਉਪਰਾਲੇ ਕੀਤੇ ਜਾਣਗੇ? ਹਾਂਜੀ ਜ਼ਰੂਰ, ਕਮੇਟੀ ਵੱਲੋਂ ਵੀ ਬਕਾਇਦਾ ਉਪਰਾਲੇ ਕੀਤੇ ਜਾਣਗੇ, ਅਤੇ ਅਸੀਂ ਪਰਸਨਲ ਆਪਣੀ ਜੇਬ ਖਰਚ ਦੇ ਵਿੱਚੋਂ ਵੀ ਸਰਪੰਚ ਖਰਚੇ ਕਰੂਗਾ, ਜਿੱਥੇ ਸਾਡੀ ਇਹਨਾਂ ਨੂੰ ਜ਼ਰੂਰਤ ਹੈਗੀ ਆ, ਅਸੀਂ ਇਹਨਾਂ ਦੇ ਨਾਲ ਖੜ੍ਹੇ ਹਾਂ। ਹਾਂਜੀ।